ਫਾਜ਼ਿਲਕਾ ਦੇ ਬਲਾਕ ਖੁਈਖੇੜਾ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ ਕਰੋਨਾ ਦੇ ਕੇਸ। 62 ਪਿੰਡਾਂ ਦੇ ਵਿੱਚੋਂ 8 ਪਿੰਡਾਂ ਦੇ ਵਿੱਚ ਸਥਿਤੀ ਹੋਈ ਭਿਆਨਕ। 234 ਕੇਸ ਹੋਏ ਐਕਟਿਵ, 225 ਹੋਮ ਆਈਸੋਲੇਟ ਅਤੇ 9 ਕੀਤੇ ਸ਼ਿਫਟ। ਫਾਜ਼ਿਲਕਾ ਦੇ ਬਲਾਕ ਖੁਈਖੇੜਾ ਦੇ ਵਿੱਚ ਵੀ ਲਗਾਤਾਰ ਕਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸੀਐਸਸੀ ਖੁਈਖੇੜਾ ਦੇ ਮਲਟੀਪਰਪਜ਼ ਸੁਪਰਵਾਈਜ਼ਰ ਲਖਵਿੰਦਰ ਸਿੰਘ ਨੇ ਦੱਸਿਆ ਕਿ 62 ਪਿੰਡਾਂ ਦੇ ਵਿੱਚੋਂ 8 ਪਿੰਡਾਂ ਦੇ ਵਿੱਚ ਸਥਿਤੀ ਕਾਫੀ ਭਿਆਨਕ ਹੈ। ਉਹਨਾਂ ਨੇ ਕਿਹਾ ਕਿ ਪਿੰਡ ਬਜੀਤਪੁਰਾ, ਨਿਆਲਖੇੜਾ, ਡੰਗਰਖੇੜਾ, ਕਟੈੜਾ, ਖੁਈਖੇੜਾ, ਚੂੜੀਵਾਲਾ, ਜੰਡਵਾਲਾ ਹਨਵੰਤਾ ਅਤੇ ਜੰਡਵਾਲਾ ਮੀਰਾ ਸਾਗਲਾ ਦੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਹੁਣ ਤੱਕ 234 ਕੇਸ ਐਕਟਿਵ ਹਨ, ਜਿਨ੍ਹਾਂ ਦੇ ਵਿੱਚੋਂ 5 ਲੋਕਾਂ ਨੂੰ ਜਲਾਲਾਬਾਦ ਅਤੇ 4 ਲੋਕਾਂ ਨੂੰ ਗੰਗਾਨਗਰ ਸ਼ਿਫਟ ਕੀਤਾ ਗਿਆ। ਇਸ ਦੇ ਨਾਲ ਹੀ 225 ਲੋਕਾਂ ਨੂੰ ਹੋਮ ਆਈਸੋਲੇਟ ਵੀ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਖੁਈਖੇੜਾ ਬਲਾਕ ਦੇ ਵਿੱਚ 4 ਟੀਮਾਂ ਸੈਂਪਲਿੰਗ ਦੇ ਲਈ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚੋਂ ਖੁਈਖੇੜਾ ਸੀਐਸਸੀ ਦੇ ਵਿੱਚ 100 ਲੋਕਾਂ ਦੀ ਸੈਂਪਲਿੰਗ ਰੋਜ਼ਾਨਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 3 ਟੀਮਾਂ ਵੱਲੋਂ 250 ਤੋਂ 300 ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਦੇ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਮੈਂ ਲਖਵਿੰਦਰ ਸਿੰਘ, ਮਲਟੀਪਰਪਜ਼ ਸੁਪਰਵਾਈਜ਼ਰ, ਸੀਐਸਸੀ ਖੁਈਖੇੜਾ ਜੀ। ਆਪਣੇ ਖੁਈਖੇੜੇ ਬਲਾਕ ਵਿੱਚ ਤਕਰੀਬਨ 62 ਪਿੰਡ ਹੈ ਅਤੇ ਜਿਹਦੇ ਵਿੱਚੋਂ ਕੁਛ ਪਿੰਡਾਂ 'ਚ ਜ਼ਿਆਦਾ ਕੇਸ ਆਪਣੇ ਕੋਲ ਪੋਜ਼ੀਟਿਵ ਆ ਰਹੇ ਆ। ਇਹਦੇ ਵਿੱਚੋਂ ਮੇਨ ਹੈਗੇ ਜਿਵੇਂ ਬਜੀਤਪੁਰਾ, ਨਿਹਾਲਖੇੜਾ, ਡੰਗਰਖੇੜਾ, ਕਟੈੜਾ, ਖੁਈਖੇੜਾ, ਚੂੜੀਵਾਲਾ, ਜੰਡਵਾਲਾ ਹਨਵੰਤਾ ਅਤੇ ਜੰਡਵਾਲਾ ਮੀਰਾ ਸਾਂਗਲਾ। ਸਰ ਡੇਲੀ ਕਿੰਨੇ ਸੈਂਪਲ ਲਏ ਜਾ ਰਹੇ ਨੇ? ਆਪਣੇ ਖੁਈਖੇੜੇ ਬਲਾਕ ਸੀਐਸਸੀ ਖੁਈਖੇੜਾ ਦੇ ਅੰਡਰ ਤਕਰੀਬਨ 3 ਤੋਂ 4 ਟੀਮਾਂ ਅਸੀਂ ਹਰ ਰੋਜ਼ ਸੈਂਪਲਿੰਗ ਵਾਸਤੇ ਲਗਾ ਰਹੇ ਹਾਂ ਅਤੇ ਖੁਈਖੇੜੇ ਵਿਖੇ 100 ਪਲੱਸ ਸੈਂਪਲ ਆਪਣੇ ਹੋ ਰਹੇ ਹੈ ਅਤੇ ਅਦਰ ਜਿਹੜੇ 2-3 ਜਗ੍ਹਾ 'ਤੇ 250 ਪਲੱਸ ਸੈਂਪਲ ਹੈ ਅਤੇ ਤਕਰੀਬਨ 400 ਤੋਂ ਉੱਪਰ ਹਰ ਰੋਜ਼ ਸੈਂਪਲਿੰਗ ਹੋ ਰਹੀ ਹੈ। ਆਪਣੇ ਖੁਈਖੇੜੇ ਬਲਾਕ ਦੇ ਅੰਡਰ 5 ਪੇਸ਼ੈਂਟ ਜਲਾਲਾਬਾਦ ਸ਼ਿਫਟ ਕੀਤੇ ਹੋਏ ਹਨ ਅਤੇ 4 ਪੇਸ਼ੈਂਟ ਹੈ ਜਿਹੜੇ ਉਹ ਨੀਅਰ ਗੰਗਾਨਗਰ ਜਿਹੜਾ ਆਪਣੇ ਹੋਸਪਿਟਲ ਹੈ ਤਕਰੀਬਨ ਉੱਥੇ ਸ਼ਿਫਟ ਹੋਏ। ਜੇ ਗੱਲ ਕੀਤੀ ਜਾਵੇ ਅੱਜ ਦੇ ਟਾਈਮ ਹੁਣ ਕਿੰਨੇ ਐਕਟਿਵ ਕੇਸ ਨੇ? ਤਕਰੀਬਨ 225 ਕੇਸ ਜਿਹੜੇ ਅੱਜ ਤੱਕ ਆਪਣੇ ਹੋਮ ਆਈਸੋਲੇਸ਼ਨ 'ਚ ਚੱਲ ਰਹੇ ਹੈ ਜੀ। ਅਤੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਕੇਸਿਸ ਆ ਰਹੇ ਨੇ? ਜਿਹੜੇ ਪਿੰਡਾਂ 'ਚ ਕੇਸ ਜ਼ਿਆਦਾ ਹੈ ਉੱਥੇ ਜੋ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਜਾਰੀ ਹਦਾਇਤਾਂ ਹੈ ਉਹਨਾਂ ਦੀ ਪਾਲਣਾ ਕਰਨ ਵਾਸਤੇ ਸਾਡਾ ਫੀਲਡ ਦਾ ਸਟਾਫ ਹੈ ਹਰ ਘਰ ਵਿੱਚ ਜਾ ਕੇ ਜਿਹੜੇ ਪੋਜ਼ੀਟਿਵ ਕੇਸ ਆ ਉਹਨਾਂ ਨੂੰ ਮੋਟੀਵੇਟ ਕਰਦਾ ਵੀ ਹੋਮ ਆਈਸੋਲੇਟ ਦੀਆਂ ਜੋ ਗਾਈਡਲਾਈਨ ਹੈਗੀਆਂ ਸਰਕਾਰ ਦੀਆਂ ਉਹਦੇ ਅਧੀਨ ਬਿਲਕੁਲ ਵੱਖਰਾ ਉਹਨਾਂ ਨੇ ਰਹਿਣਾ ਹੈਗਾ। ਵਾਰ ਵਾਰ ਹੱਥ ਧੋਣੇ ਹੈ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈ ਅਤੇ ਜੋ ਮੈਡੀਸਨ ਵਿਭਾਗ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਉਹ ਸਹੀ ਤਰੀਕੇ ਨਾਲ ਮੈਡੀਸਨ ਲੈਣੀ ਹੈ। ਸੈਂਪਲਿੰਗ ਟੀਮ ਦੇ ਵਿੱਚ ਕਿੰਨੇ ਮੈਂਬਰ ਨੇ? ਸੈਂਪਲਿੰਗ ਟੀਮ 'ਚ ਸਾਡੇ 4 ਤੋਂ 5 ਮੈਂਬਰ ਇੱਕ ਸੈਂਪਲ ਟੀਮ 'ਚ ਹੈਗੇ, ਬਾਕੀ ਜਿਹੜਾ ਬਾਰ ਕੋਡਿੰਗ ਅਤੇ ਪੈਕਿੰਗ ਵਾਸਤੇ ਅਸੀਂ ਐਕਸਟਰਾ ਟੀਮਾਂ ਲਗਾ ਕੇ ਹਰ ਰੋਜ਼ ਸੈਂਪਲ ਵਿਭਾਗ ਕਾ ਭੇਜ ਰਹੇ ਹਾਂ।